ਮੈਂ ਤਾਂ ਆਪਣੇ ਦੁੱਖ ਦੇ ਵਿੱਚ ਹੀ ਸੀ, ਪਰ ਮੈਂ ਉਸ ਵੇਲੇ ਹੈਰਾਨ ਹੋ ਗਈ ਜਦੋਂ ਮੈਨੂੰ ਫੋਨ ਆਇਆ। ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਫੋਨ ਆਇਆ ਸੀ ਕਿ ਤੁਹਾਨੂੰ ਟਿਕਟ ਮਿਲ ਗਈ। ਇੱਕ ਚੰਗੀ ਮਾਂ ਵੀ ਬਣੀ, ਇੱਕ ਪਿਤਾ ਦੀ ਕਮੀ ਵੀ ਪੂਰੀ ਕੀਤੀ, ਔਰ ਏਰੀਏ ਲਈ ਵੀ ਮੈਂ ਇੱਕ ਚੰਗੀ ਲੀਡਰ ਬਣਨ ਦੀ ਕੋਸ਼ਿਸ਼ ਕੀਤੀ ਹੈ, ਔਰ ਲੋਕਾਂ ਨੇ ਮੈਨੂੰ ਅੱਖਾਂ 'ਤੇ ਬਿਠਾਇਆ ਹੈ। ਭਾਵੇਂ ਉਹ ਬੀਜੇਪੀ ਦੇ ਸ਼ੀਤਲ ਨੰਗਰਾਲ ਹੋਣ ਜਾਂ ਫਿਰ ਮਹਿੰਦਰ ਭਗਤ ਹੋਣ, ਕੀ ਲੱਗਦਾ ਹੈ ਕਿ ਸੁਰਿੰਦਰ ਕੌਰ ਉਹਨਾਂ ਦੇ ਅੱਗੇ ਜਾਂ ਇਮਾਨਦਾਰੀ ਬੇਦਾਗ ਛਵੀ ਟਿਕ ਜਾਏਗੀ? ਰੀਮਾ ਜੀ, ਮੇਰਾ ਕੋਈ ਸੁਰਿੰਦਰ ਕੌਰ ਵਰਸਿਸ ਨਾ ਸ਼ੀਤਲ ਨੰਗਰਾਲ ਹੈ, ਨਾ ਸੁਰਿੰਦਰ ਕੌਰ ਵਰਸਿਸ ਮਹਿੰਦਰ ਭਗਤ। ਜਲੰਧਰ ਦੀ ਇੱਕ ਬੇਟੀ, ਪੰਜਾਬ ਦੀ ਬੇਟੀ, ਜਿਹਦਾ ਮੱਥਾ ਪੰਜਾਬ ਸਰਕਾਰ ਦੇ ਨਾਲ ਲੱਗਾ, ਭਗਵੰਤ ਮਾਨ ਨਾਲ ਲੱਗਦਾ ਹੈ ਮੇਰੀ, ਕਿਉਂਕਿ ਸਾਰਾ ਜੋ ਸਰਕਾਰੀ ਤੰਤਰ ਔਰ ਇਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਲੋਕਾਂ ਨੂੰ, ਵੋਟਰਾਂ ਨੂੰ ਡਰਾ ਡੂ ਕੇ ਕੋਸ਼ਿਸ਼ ਕਰਨੀ ਆ ਕਿ ਉਹਨਾਂ ਨੂੰ ਤਲਕਾਈਏ, ਅਸੀਂ ਕਹੀਏ ਉਹਨਾਂ ਨੂੰ ਕਿ ਤੁਸੀਂ ਸਾਡੇ ਵਾਲੇ ਪਾਸੇ ਘੁੰਮ ਦਿਓ, ਪਰ ਇਹ ਜਿਹੜੇ ਵੋਟਰ ਨੇ ਜਲੰਧਰ ਵਿੱਚ ਉਹ ਬਹੁਤ ਸਿਆਣੇ, ਔਰ 6 ਸਰਵੇ ਦੇ ਵਿੱਚ ਪਹਿਲੇ ਨੰਬਰ 'ਤੇ ਜਿਹੜਾ ਮੇਰਾ ਨਾਂ ਆ, ਮੇਰੇ ਜਲੰਧਰ ਵੈਸਟ ਦੇ ਸਮਰਥਕਾਂ ਨੇ ਮੈਨੂੰ ਰਿਕਮੈਂਡ ਕੀਤਾ, ਔਰ 6 ਦੇ ਵਿੱਚ ਹੀ ਮੇਰਾ ਨਾਂ ਜਿਹੜਾ ਪਹਿਲੇ ਨੰਬਰ 'ਤੇ ਆਇਆ, ਔਰ ਮੇਰੇ ਜਿਹੜੇ ਸਮਰਥਕ ਆ ਉਹ ਭਗਵੰਤ ਮਾਨ ਨਾਲ ਆਪ ਮੱਥਾ ਲਾਉਣਗੇ, ਮੇਰੇ ਨਾਲ ਲੋਕਾਂ ਦੀ ਤਾਕਤ ਹੈ। ਸਿਆਸਤ ਤਾਂ ਸਿਆਸਤ ਹੈ, ਇੱਥੇ ਲੋਕ ਕਹਿੰਦੇ ਕੁਛ ਆ, ਕਰਦੇ ਕੁਛ ਆ, ਪਰ ਸਿਆਸਤ ਇੰਨੀ ਗੰਦੀ ਨਹੀਂ ਸੀ ਅੱਜ ਕੱਲ੍ਹ ਜਿੰਨੀ ਗੰਦੀ ਇਹਨਾਂ ਲੋਕਾਂ ਨੇ ਕਰ ਦਿੱਤੀ ਹੈ। ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਫਿਰ ਜਲੰਧਰ ਦੀਆਂ ਜ਼ਿਮਨੀ ਚੋਣਾਂ, ਜਲੰਧਰ ਦੀ ਸੀਟ ਇਹੋ ਜਿਹੀ ਸੀਟ ਹੈ ਜੋ ਇਸ ਹੀਟ ਵੇਵ ਦੇ ਵਿੱਚ ਹੋਟੈਸਟ ਬਣੀ ਹੋਈ ਹੈ। ਵਜ੍ਹਾ ਸਭ ਦੇ ਸਾਹਮਣੇ ਹੈ, ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਅਤੇ ਦਲ ਬਦਲੀਆਂ ਦਾ ਇਹੋ ਜਿਹਾ ਹੜ੍ਹ ਆਉਂਦਾ ਹੈ ਪੰਜਾਬ ਦੇ ਵਿੱਚ, ਸਪੈਸ਼ਲੀ ਜਲੰਧਰ ਦੇ ਵਿੱਚ, ਕਿ ਜਲੰਧਰ ਦੀ ਸੀਟ ਸਭ ਦੇ ਮੂੰਹ ਦੇ ਉੱਪਰ ਆ ਜਾਂਦੀ ਹੈ, ਸਭ ਦਾ ਧਿਆਨ ਹੁੰਦਾ ਕਿ ਆਖਰ ਇੱਥੋਂ ਕੀ ਧਮਾਕਾ ਹੋਏਗਾ, ਔਰ ਆਸਾਂ ਦੇ ਵਿਪਰੀਤ ਜਦੋਂ ਨਤੀਜੇ ਜਲੰਧਰ ਦੀ ਜਨਤਾ ਨੇ ਚੌਂਕਾਉਣ ਵਾਲੇ ਦਿੱਤੇ ਤਾਂ ਲੋਕ ਵੀ ਹੈਰਾਨ ਹੋ ਗਏ, ਬਹੁਤਿਆਂ ਨੇ ਇਹਦੀ ਖੁਸ਼ੀ ਵੀ ਮਨਾਈ। ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਦੀ ਭਾਰੀ ਜਿੱਤ ਹੋਈ, ਉਸ ਤੋਂ ਬਾਅਦ ਜਲੰਧਰ ਦੀਆਂ ਜ਼ਿਮਨੀ ਚੋਣਾਂ, ਜਿਹਦਾ ਆਧਾਰ ਉਦੋਂ ਬਣਿਆ ਜਦੋਂ ਆਮ ਆਦਮੀ ਪਾਰਟੀ ਨੂੰ ਧੋਖਾ ਕਹਿ ਲਓ ਜਾਂ ਉਹਨਾਂ ਦਾ ਲੜ ਛੱਡ ਕੇ ਕਹਿ ਲਓ, ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਸ਼ੀਤਲ ਅੰਗੁਰਾਲ ਬੀਜੇਪੀ ਦਾ ਪੱਲਾ ਫੜਦੇ ਨੇ, ਉਸ ਤੋਂ ਬਾਅਦ ਫਿਰ ਵੀ ਉਹ ਥੋੜ੍ਹਾ ਛਟਪਟਾਉਂਦੇ ਨੇ, ਅਸਤੀਫਾ ਦਿੰਦੇ ਨੇ, ਅਸਤੀਫਾ ਮਨਜ਼ੂਰ ਹੋ ਜਾਂਦਾ ਹੈ, ਅਚਾਨਕ ਤੋਂ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੀ ਅਨਾਊਂਸਮੈਂਟ ਸਭ ਤੋਂ ਪਹਿਲਾਂ ਹੁੰਦੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੀਟਾਂ ਨੇ ਜੋ ਖਾਲੀ ਹੋ ਚੁੱਕੇ ਨੇ, ਲੇਕਿਨ ਸਭ ਤੋਂ ਪਹਿਲਾਂ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੇ ਉੱਪਰ ਸਭ ਦੀ ਨਜ਼ਰ ਹੈ। ਹੁਣ ਸਵਾਲ ਪੈਦਾ ਹੁੰਦਾ ਕਿ ਜਿਹੜੇ ਕੈਂਡੀਡੇਟ ਅਨਾਊਂਸ ਹੋਏ ਨੇ, ਇਹਨਾਂ ਵਿੱਚੋਂ ਬੀਜੇਪੀ ਨੇ ਫਿਰ ਤੋਂ ਸ਼ੀਤਲ ਅੰਗਰਾਲ ਨੂੰ ਟਿਕਟ ਦਿੱਤੀ ਹੈ, ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਜੋ ਕਿ ਬੀਜੇਪੀ ਤੋਂ ਆਏ ਨੇ। ਇੱਥੇ ਦਲ ਬਦਲੀਆਂ ਦਾ ਇਕੁਏਸ਼ਨ ਦੇਖੋ, ਆਪ ਵਾਲੇ ਬੀਜੇਪੀ ਕੋ, ਬੀਜੇਪੀ ਵਾਲੇ ਆਪ ਕੋ, ਪਰ ਨਜ਼ਰ ਇਹ ਸੀ ਕਿ ਕਾਂਗਰਸ ਕਿਹਨੂੰ ਲੈ ਕੇ ਆਏਗੀ। ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਮਹਿੰਦਰ ਸਿੰਘ ਕੇਪੀ ਆ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ, ਉਹਨਾਂ ਨੂੰ ਟਿਕਟ ਮਿਲ ਸਕਦੀ ਹੈ, ਉਹ ਮਜ਼ਬੂਤ ਦਾਅਵੇਦਾਰ ਹੋ ਸਕਦੇ। ਲੇਕਿਨ ਨਾਲ ਦੇ ਨਾਲ ਗੱਲਾਂ ਇਹ ਵੀ ਉੱਠੀਆਂ ਕਿ ਹੁਣ ਤੱਕ ਅਜੇਤੂ ਜਿਨ੍ਹਾਂ ਨੇ ਕਦੇ ਵੀ ਕੋਈ ਵੀ ਇਲੈਕਸ਼ਨ ਨਹੀਂ ਹਾਰੀ, ਭਾਵੇਂ ਮਿਊਂਸੀਪਲ ਕਾਰਪੋਰੇਸ਼ਨ ਦੀ ਸੀ, ਡਿਪਟੀ ਮੇਅਰ ਵੀ ਰਹਿ ਚੁੱਕੇ ਨੇ, ਮੇਰੇ ਨਾਲ ਹੀ ਬੈਠੇ ਹੋਏ ਨੇ ਸੁਰਿੰਦਰ ਕੌਰ ਜੀ, ਉਹਨਾਂ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ। ਸੁਰਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ।
ਥੈਂਕ ਯੂ ਜੀ, ਨਮਸਕਾਰ ਜੀ। ਸੁਰਿੰਦਰ ਕੌਰ ਜੀ, ਤੁਹਾਡੇ ਪਤੀ ਨੇ ਜਦੋਂ ਚੋਣਾਂ ਦੇ ਵਿੱਚ ਆਪਣੀ ਜਿੱਤ ਹਾਸਲ ਕੀਤੀ, ਬਹੁਤ ਸਾਰਾ ਸਮਾਂ ਜਿਹੜਾ ਹੈ ਜਲੰਧਰ ਪੱਛਮੀ ਦੀ ਜਨਤਾ ਨੂੰ ਦਿੱਤਾ, ਕਦੇ ਸੋਚਿਆ ਸੀ ਕਿ ਮੈਂ ਵੀ ਰਾਜਨੀਤੀ ਦੇ ਵਿੱਚ ਆਊਂਗੀ? ਵੈਸੇ ਜਦੋਂ ਮੇਰੇ ਪਤੀ ਸੇਵਾ 'ਚ ਸੀਗੇ ਜੀ, ਉਹ ਬਹੁਤ ਹੀ ਹਰਮਨ ਪਿਆਰੇ ਨੇਤਾ ਸੀ ਜੀ, ਡਾਊਨ ਟੂ ਅਰਥ ਸੀ, ਲੋਕ ਦਿਲੋਂ ਪਿਆਰ ਕਰਦੇ ਸੀ ਜੀ। ਅਨਫੋਰਚੁਨੇਟਲੀ ਉਹਨਾਂ ਨੇ ਕੋਈ 25-30 ਸਾਲ ਕੰਮ ਕੀਤਾ ਕਾਂਗਰਸ ਪਾਰਟੀ ਲਈ। ਅਨਫੋਰਚੁਨੇਟਲੀ ਇੱਦਾਂ ਹੋਇਆ ਕਿ ਉਹਨਾਂ ਨੂੰ 2001 14 ਜਨਵਰੀ ਉਹ ਚੱਲ ਵਸੇ ਕਿਸੇ ਬਿਮਾਰੀ ਦੇ ਕਾਰਨ, ਇੱਕ ਖਾਲੀਪਨ ਜਿਹਾ ਆ ਗਿਆ, ਇੱਕ ਖਲਾਅ ਪੈਦਾ ਹੋ ਗਿਆ ਕਿ ਉਹਨਾਂ ਦੀ ਜਗ੍ਹਾ ਕੌਣ ਲਵੇ। ਮੇਰੇ ਬੱਚੇ ਬੜੇ ਛੋਟੇ ਸੀ, ਮੈਂ ਇੱਕ ਹਾਊਸ ਵਾਈਫ ਸੀ, ਮੈਂ ਪਰ ਮੈਂ ਉਹਨਾਂ ਨੂੰ ਕੰਮ ਕਰਦਿਆਂ ਜ਼ਰੂਰ ਦੇਖਦੀ ਸੀ, ਮੈਂ ਰੋਜ਼ਮਰਾ ਦੀ ਜ਼ਿੰਦਗੀ 'ਚ ਦੇਖਦੀ ਸੀ ਕਿ ਕਿਸ ਤਰ੍ਹਾਂ ਲੋਕ ਉਹਨਾਂ ਦੇ ਕੋਲ ਆਉਂਦੇ ਆ, ਉਹ ਕਿਸ ਤਰ੍ਹਾਂ ਉਹਨਾਂ ਨੂੰ ਅਟੈਂਡ ਕਰਦੇ ਆ, ਸਮੱਸਿਆਵਾਂ ਸੁਣਦੇ, ਹਾਂ, ਅਤੇ ਕਿਸ ਤਰ੍ਹਾਂ ਉਹ ਸੇਵਾਵਾਂ ਦੇ ਰਹੇ ਆ, ਮਤਲਬ ਆਪਣੇ ਆਪ ਨੂੰ ਭੁਲਾ ਕੇ, ਆਪਾਂ ਭੁਲਾ ਕੇ ਉਹ ਲੋਕਾਂ ਦੀ ਸੇਵਾ ਵਿੱਚ ਰਹੇ ਆ। ਪਰ ਜਦੋਂ ਇੱਕਦਮ ਇਹ ਘਾਟ ਪੈ ਗਈ, ਪਰਿਵਾਰਕ ਤੌਰ 'ਤੇ ਮੈਨੂੰ ਤਾਂ ਪੈਣੀ ਸੀ, ਸਾਡੇ ਪਰਿਵਾਰ ਨੂੰ, ਸਾਡੇ ਸਮਾਜ ਨੂੰ ਘਾਟ ਪਈ, ਪਰ ਮੈਂ ਦੇਖਿਆ ਕਿ ਲੋਕਾਂ ਨੇ ਬੜਾ ਮਹਿਸੂਸ ਕੀਤਾ ਕਿ ਇੰਨਾ ਅੱਛਾ ਲੀਡਰ ਅਸੀਂ ਖੋ ਦਿੱਤਾ। ਪਾਰਟੀ ਨੇ ਵੀ ਚਿੰਤਨ ਮੰਥਨ ਸ਼ੁਰੂ ਕੀਤਾ, ਅਤੇ ਮੈਂ ਤਾਂ ਆਪਣੇ ਦੁੱਖ ਦੇ ਵਿੱਚ ਹੀ ਸੀ, ਪਰ ਮੈਂ ਉਸ ਵੇਲੇ ਹੈਰਾਨ ਹੋ ਗਈ ਜਦੋਂ ਮੈਨੂੰ ਫੋਨ ਆਏ, ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਫੋਨ ਆਇਆ ਸੀ ਕਿ ਤੁਹਾਨੂੰ ਟਿਕਟ ਮਿਲ ਗਈ। ਇਹਨਾਂ ਨੇ ਮੈਨੂੰ ਉਤਸ਼ਾਹਿਤ ਵੀ ਕੀਤਾ ਸੀ ਕਿ ਤੁਸੀਂ ਇਲੈਕਸ਼ਨ ਲੜੋ, ਮੈਂ ਕਿਹਾ ਮੇਰੇ ਬੱਚੇ ਬੜੇ ਛੋਟੇ ਆ। ਪਰ ਜਦੋਂ ਮੈਂ ਦੇਖਿਆ ਕਿ ਪੇਪਰ ਭਰੇ ਆ ਕਿ ਸੁਰਿੰਦਰ ਕੌਰ ਨੂੰ ਟਿਕਟ ਮਿਲ ਗਈ, ਅਤੇ ਇੱਕ ਪਾਸੇ ਮੈਂ ਹੈਰਾਨ ਸੀ, ਦੂਜੇ ਪਾਸੇ ਮੈਂ ਸੋਚ ਰਹੀ ਸੀ ਕਿ ਮੇਰੇ ਬੱਚੇ ਛੋਟੇ ਛੋਟੇ ਆ, ਕਿ ਮੈਂ ਏਡੀ ਵੱਡੀ ਜ਼ਿੰਮੇਵਾਰੀ ਕਿੱਦਾਂ ਨਿਭਾਉਂਗੀ। ਪਰ ਪਤਾ ਨਹੀਂ ਉਹਨਾਂ ਦਾ ਕਿੱਦਾਂ ਮੈਨੂੰ ਅੰਦਰੋਂ ਤਾਕਤ ਮਿਲੀ। ਕਹਿੰਦੇ ਹੁੰਦੇ ਕਿ ਸਰੀਰਕ ਤੌਰ 'ਤੇ ਬੰਦਾ ਚਲੇ ਜਾਂਦਾ, ਆਤਮਿਕ ਤੌਰ 'ਤੇ ਉਹ ਕਿਤੇ ਨਾ ਕਿਤੇ ਤੁਹਾਡੇ ਨਾਲ ਵਿੱਚ ਹੀ ਹੁੰਦਾ ਪਰਿਵਾਰ ਦੇ। ਪਰ ਮੈਨੂੰ ਅੰਦਰੋਂ ਇੰਨਾ ਤਗੜਾ ਮੈਂ ਮਹਿਸੂਸ ਕੀਤਾ ਆਪਣੇ ਆਪ ਨੂੰ, ਇੱਕ ਦਿਨ ਮੈਂ ਬੈਠੇ ਬੈਠੇ ਉਹਨਾਂ ਨੂੰ ਯਾਦ ਕੀਤਾ, ਅਤੇ ਰਾਤ ਹੋ ਗਈ, ਬੱਚੇ ਮੇਰੇ ਨਾਲ ਸੀ, ਅਤੇ ਜਦੋਂ ਮੈਂ ਸਵੇਰੇ ਉੱਠੀ ਨਾ, ਇਹਦੇ ਮੇਰੀ ਅੱਖ ਲੱਗ ਗਈ, ਮੈਨੂੰ ਇੱਦਾਂ ਹੋਇਆ ਕਿ ਮੈਂ ਬੜੀ ਤਕੜੀ ਹਾਂ, ਆਈ ਕੈਨ ਡੂ, ਔਰ ਮੈਂ ਫਿਰ ਬਸ ਲੱਕ ਬੰਨ ਲਿਆ ਅਤੇ ਚੱਲ ਪਈ ਉਹਨਾਂ ਦੀ ਰਾਹ 'ਤੇ। ਔਰ ਪਤਾ ਹੀ ਨਹੀਂ ਲੱਗਾ, ਇੱਕ ਚੰਗੀ ਮਾਂ ਬਣਨ ਦੀ ਕੋਸ਼ਿਸ਼ ਕੀਤੀ, ਔਰ ਇੱਕ ਪਿਤਾ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਜੋ ਸੁਣ ਪਿਆ ਉਹਨਾਂ ਦਾ ਏਰੀਆ ਸੀ, ਵਾਰਡ ਨੰਬਰ 35 ਸਭ ਤੋਂ ਵੱਡਾ ਵਾਰਡ ਸੀਗਾ ਜਲੰਧਰ ਸ਼ਹਿਰ ਦੇ ਵਿੱਚ, ਔਰ ਇੱਧਰ ਨਕੋਦਰ ਰੋਡ ਸਾਈਡ 'ਤੇ ਜਿੰਨਾ ਅਨਡਿਵੈਲਪਡ ਏਰੀਆ ਸੀਗਾ ਉਹ ਸਾਰਾ ਉਹਦੇ ਅੰਡਰ ਆਉਂਦਾ ਸੀ, ਵਾਰਡ ਨੰਬਰ 35 ਦੇ। ਅਤੇ ਮੈਂ ਰੀਮਾ ਜੀ ਉਹ ਸੰਭਾਲਿਆ ਜੀ, ਮੇਰੀ ਕਾਂਗਰਸ ਪਾਰਟੀ ਨੇ ਉੱਥੇ ਡਿਊਟੀ ਲਗਾਈ, ਔਰ 2002 ਦੇ ਵਿੱਚ 97 ਦੇ ਵਿੱਚ ਮੇਰੇ ਹਸਬੈਂਡ ਨੇ ਕੰਟੈਸਟ ਕੀਤਾ ਸੀ ਅਤੇ ਕੌਂਸਲਰ ਬਣੇ ਸੀ। ਅਨਫੋਰਚੁਨੇਟਲੀ ਉਹ ਟਨਿਊਰ ਨਹੀਂ ਪੂਰੀ ਹੋ ਸਕੀ ਅਤੇ ਉਹ ਵਿੱਚ ਹੀ ਫਿਰ ਚੱਲ ਵਸੇ ਸੀਗੇ, ਅਤੇ ਉਹਨਾਂ ਤੋਂ ਬਾਅਦ ਵੀ ਮੈਂ ਸੇਵਾਵਾਂ ਨਿਭਾਉਂਦੀ ਰਹੀ। ਪਰ ਜਦੋਂ 2002 'ਚ ਦੁਬਾਰਾ ਇਲੈਕਸ਼ਨ ਹੋਣੀ ਸੀ, ਮੈਨੂੰ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ, ਅਤੇ ਮੈਂ ਬਸ ਉਦੋਂ ਤੋਂ ਲੈ ਕੇ ਅੱਜ ਤੱਕ ਪਿੱਛਾ ਮੁੜ ਕੇ ਨਹੀਂ ਦੇਖਿਆ। ਇੱਕ ਚੰਗੀ ਮਾਂ ਵੀ ਬਣੀ, ਇੱਕ ਪਿਤਾ ਦੀ ਕਮੀ ਵੀ ਪੂਰੀ ਕੀਤੀ, ਔਰ ਏਰੀਏ ਲਈ ਵੀ ਮੈਂ ਇੱਕ ਚੰਗੀ ਲੀਡਰ ਬਣਨ ਦੀ ਕੋਸ਼ਿਸ਼ ਕੀਤੀ, ਔਰ ਲੋਕਾਂ ਨੇ ਮੈਨੂੰ ਅੱਖਾਂ 'ਤੇ ਬਿਠਾਇਆ ਅਤੇ ਬਾਹਾਂ ਫੈਲਾ ਕੇ ਮੇਰਾ ਸਵਾਗਤ ਕੀਤਾ, ਔਰ ਕਿਹਾ ਭੈਣ ਜੀ ਅਸੀਂ ਚੌਧਰੀ ਸਾਹਿਬ ਨੂੰ ਕਦੇ ਭੁੱਲ ਨਹੀਂ ਸਕਦੇ, ਮੈਂ ਉਹਨਾਂ ਦੇ ਨਾਲ ਹੀ ਕੰਮ ਕਰਦੀ ਰਹੀ। ਔਰ ਲੋਕਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਨਾਲ ਹੀ ਕੰਮ ਕਰਦੇ ਹੋ,
ਅਤੇ ਅਸੀਂ ਵੀ ਉਹਨਾਂ ਦੀ ਯਾਦ ਦੇ ਵਿੱਚ ਤੁਹਾਡੀਆਂ ਬਾਹਾਂ ਬਣ ਕੇ ਤੁਹਾਡੇ ਨਾਲ ਕੰਮ ਕਰਾਂਗੇ, ਕਿਉਂਕਿ ਆਪਣੀ ਜੀਵਨੀ ਦੇ ਵਿੱਚ ਉਹਨਾਂ ਨੇ ਇੱਦਾਂ ਦੇ ਕੰਮ ਕੀਤੇ ਸੀ ਕਿ ਲੋਕ ਅੱਜ ਤੱਕ ਵੀ ਉਹਨਾਂ ਨੂੰ ਯਾਦ ਕਰਦੇ ਆ, ਭਾਵੇਂ 23 ਸਾਲ ਹੋ ਗਏ ਉਹਨਾਂ ਨੂੰ ਵਿਛੜ ਗਏ। ਜੀ, ਜੇ ਗੱਲ ਕਰੀਏ 23 ਸਾਲ ਤੱਕ ਦਾ ਸਫ਼ਰ, ਫਲੈਸ਼ਬੈਕ ਤੋਂ ਅੱਜ ਦੇ ਸਮੇਂ ਦੇ ਵਿੱਚ ਆਉਂਦੇ ਹਾਂ, ਉਦੋਂ ਤਾਂ ਸਿਰਫ ਇੱਕ ਵਾਰਡ ਨੰਬਰ 35 ਸੀ। ਹਾਂਜੀ, ਅੱਜ ਉਹ ਜਲੰਧਰ ਵੈਸਟ ਤੁਹਾਨੂੰ ਸੌਂਪ ਰਹੇ ਪਾਰਟੀ ਨੇ, ਇਹਨਾਂ ਤੁਹਾਡੇ 'ਤੇ ਭਰੋਸਾ ਜਿਤਾਇਆ। ਸੋ ਅੱਜ ਇਹ ਟਿਕਟ ਜਦੋਂ ਅਨਾਊਂਸ ਹੋਈ, ਤੁਹਾਨੂੰ ਉਮੀਦਵਾਰ ਐਲਾਨਿਆ ਗਿਆ, ਤਾਂ ਫਿਰ ਕਿਹੋ ਜਿਹਾ ਲੱਗਿਆ? ਕਿਉਂਕਿ ਆਮ ਤੌਰ 'ਤੇ ਬਹੁਤ ਸਾਰੀਆਂ ਵੀ ਲੋਕ ਕਹਿ ਰਹੇ ਸੀ ਕਿ ਮਹਿੰਦਰ ਕੇਪੀ ਜਿਹੜੇ ਨੇ ਉਹ ਵਾਪਸ ਆ ਜਾਣਗੇ, ਘਰ ਵਾਪਸੀ ਕਰ ਸਕਦੇ, ਕਿਉਂਕਿ ਟਿਕਟ ਦੇ ਲਈ ਲੋਕ ਮਾਂ ਪਾਰਟੀ ਛੱਡ ਵੀ ਦਿੰਦੇ ਨੇ ਅਤੇ ਮਾਂ ਪਾਰਟੀ ਨੂੰ ਗੱਲ ਵੀ ਲਾ ਲੈਂਦੇ ਨੇ। ਸੋ ਦੁਬਾਰਾ ਜਦੋਂ ਤੁਹਾਨੂੰ ਇਹ ਅਨਾਊਂਸ ਹੋਇਆ, ਤਾਂ ਫਿਰ ਕੀ ਲੱਗਾ, ਇੱਕ ਹੋਰ ਜ਼ਿੰਮੇਵਾਰੀ? ਰੀਮਾ ਜੀ, ਮੈਨੂੰ ਬਹੁਤ ਅੱਛਾ ਲੱਗਾ। ਇੰਝ ਲੱਗਾ ਕਿ ਕਿਵੇਂ ਜਿਵੇਂ ਬਹੁਤ ਲੰਬੇ ਅਰਸੇ ਤੋਂ ਜਿਹੜੀ ਪਰਿਵਾਰ ਦਾ ਯੋਗਦਾਨ ਸੀ, ਪਰਿਵਾਰ ਦਾ ਸੇਵਾ ਭਾਵ ਸੀ, ਮੇਰੇ ਹਸਬੈਂਡ ਨੇ ਆਪਣੀ ਜ਼ਿੰਦਗੀ ਲਾਈ ਸੀ, ਉਹਨਾਂ ਤੋਂ ਬਾਅਦ ਮੈਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਜਿੱਥੇ ਮੈਂ ਉਹਨਾਂ ਦੀ ਪਰਵਰਿਸ਼ ਕਰਨੀ ਸੀ, ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦੇਣਾ ਸੀ, ਉਹ ਨਾਲ ਨਾਲ ਕਰਦੇ ਹੋਏ ਮੈਂ ਬੱਚਿਆਂ ਨੂੰ ਇਗਨੋਰ ਨਹੀਂ ਕੀਤਾ, ਪਰ ਕੁਝ ਸਮਾਂ ਘੱਟ ਮਿਲਿਆ ਜਿੰਨਾ ਇੱਕ ਮਾਂ ਦੇਣਾ ਚਾਹੁੰਦੀ ਹੈ, ਅਤੇ ਮੈਂ ਆਪਣੇ ਵਾਰਡ ਨੂੰ ਵੀ ਸੰਭਾਲਿਆ। ਜਦੋਂ ਮੈਨੂੰ ਪਤਾ ਲੱਗਿਆ ਕਿ ਟਿਕਟ ਮੈਨੂੰ ਅਨਾਊਂਸ ਹੋ ਗਈ ਹੈ, ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਮੈਨੂੰ ਲੱਗਦਾ ਸੀ ਕਿ ਕਿਤੇ ਅੱਜ ਮੇਰੇ ਹਸਬੈਂਡ ਹੁੰਦੇ ਅਤੇ ਉਹ ਦੇਖਦੇ ਕਿ ਵਾਕਈ ਸੁਰਿੰਦਰ ਕੌਰ ਨੇ ਕੰਮ ਕੀਤਾ ਮੇਰੇ ਤੋਂ, ਸਫ਼ਰ ਜਿਹੜਾ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਰੱਖਦੇ ਹੋਏ ਮੈਂ ਉਹਨਾਂ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਕੰਮ ਕੀਤਾ, ਅਤੇ ਪਾਰਟੀ ਨੇ ਮੈਨੂੰ ਉਸ ਚੀਜ਼ ਦਾ ਸਿਲਾ ਦਿੱਤਾ। ਜੀ, ਪਾਰਟੀ ਨੇ ਤੁਹਾਨੂੰ ਸਿਰ ਅੱਖਾਂ 'ਤੇ ਬਿਠਾਇਆ, ਤੁਹਾਨੂੰ ਇਹ ਮੌਕਾ ਦਿੱਤਾ ਆ, ਪਰ ਤੁਹਾਡੇ ਸਾਹਮਣੇ ਬਹੁਤ ਵੱਡੇ ਚਿਹਰੇ ਨੇ ਇਸ ਵੇਲੇ, ਭਾਵੇਂ ਉਹ ਬੀਜੇਪੀ ਦੇ ਸ਼ੀਤਲ ਅੰਗਰਾਲ ਹੋਣ ਜਾਂ ਫਿਰ ਮਹਿੰਦਰ ਭਗਤ ਹੋਣ, ਕੀ ਲੱਗਦਾ ਹੈ ਕਿ ਸੁਰਿੰਦਰ ਕੌਰ ਉਹਨਾਂ ਦੇ ਅੱਗੇ ਜਾਂ ਇਮਾਨਦਾਰੀ ਬੇਦਾਗ ਛਵੀ ਟਿਕ ਜਾਏਗੀ? ਰੀਮਾ ਜੀ, ਮੇਰਾ ਕੋਈ ਸੁਰਿੰਦਰ ਕੌਰ ਵਰਸਿਸ ਨਾ ਸ਼ੀਤਲ ਉਂਗਰਾਲ ਹੈ, ਨਾ ਸੁਰਿੰਦਰ ਕੌਰ ਵਰਸਿਸ ਮਹਿੰਦਰ ਭਗਤ ਹੈ। ਜੀ, ਜਲੰਧਰ ਦੀ ਇੱਕ ਬੇਟੀ, ਪੰਜਾਬ ਦੀ ਬੇਟੀ, ਜਿਹਦਾ ਮੱਥਾ ਪੰਜਾਬ ਸਰਕਾਰ ਦੇ ਨਾਲ ਲੱਗਾ, ਭਗਵੰਤ ਮਾਨ ਨਾਲ ਟੱਕਰ ਹੈ ਮੇਰੀ, ਕਿਉਂਕਿ ਸਾਰਾ ਜੋ ਸਰਕਾਰੀ ਤੰਤਰ ਹੈ ਉਹ ਜਲੰਧਰ ਆ ਕੇ ਬੈਠਾ, ਕੋਠੀ ਲੈ ਲਈ ਬਗੈਰ। ਬਿਲਕੁਲ ਜੀ, ਬਿਲਕੁਲ, ਔਰ ਪੂਰੇ ਦਿੱਲੀ ਤੋਂ ਲੀਡਰ ਆ ਰਹੇ ਆ, ਔਰ ਜਿੰਨਾ ਸਰਕਾਰੀ ਤੰਤਰ ਹੈ, ਪੁਲਿਸ ਪ੍ਰਸ਼ਾਸਨ ਦੇ ਪ੍ਰੈਸ਼ਰ ਦੇ ਥੱਲੇ ਇਹਨਾਂ ਨੇ ਜਿਹੜੇ ਇਲੈਕਸ਼ਨ ਕਰਵਾਉਣੇ ਆ, ਔਰ ਹਰ ਇੱਕ ਡਿਪਾਰਟਮੈਂਟ ਦਾ ਇਹ ਨਜਾਇਜ਼ ਫਾਇਦਾ ਲੈ ਰਹੇ ਆ, ਔਰ ਇਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਲੋਕਾਂ ਨੂੰ, ਵੋਟਰਾਂ ਨੂੰ ਡਰਾਟ ਰੋ ਕੇ ਕੋਸ਼ਿਸ਼ ਕਰਨੀ ਆ ਕਿ ਉਹਨਾਂ ਨੂੰ ਤਲਕਾਈਏ, ਅਸੀਂ ਕਹੀਏ ਉਹਨਾਂ ਨੂੰ ਕਿ ਤੁਸੀਂ ਸਾਡੇ ਵਾਲੇ ਪਾਸੇ ਭੁਗਤੋ, ਪਰ ਇਹ ਜਿਹੜੇ ਵੋਟਰ ਨੇ ਜਲੰਧਰ ਵੈਸਟ ਦੇ ਉਹ ਬਹੁਤ ਸਿਆਣੇ ਨੇ, ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਦੇ ਪ੍ਰਭਾਵ ਥੱਲੇ ਆਉਣਗੇ, ਉਹਨਾਂ ਨੂੰ ਪਤਾ ਕਿ ਸਾਡੀ ਜਲੰਧਰ ਦੀ ਧੀ, ਸਾਡੇ ਪੰਜਾਬ ਦੀ ਧੀ ਜਿਹੜੀ ਇਲੈਕਸ਼ਨ ਕੰਟੈਸਟ ਰਹੀ ਹੈ, ਕਰ ਰਹੀ ਹੈ, ਅਤੇ ਉਹੀ ਮੇਰੀ ਪਾਵਰ ਹੈ। ਜੀ ਹਾਂ, ਜਿਹੜੇ ਲੋਕ ਨੇ ਨਾ ਮੇਰੇ ਵੋਟਰ, ਉਹ ਮੇਰੀ ਪਾਵਰ ਹੈ, ਉਹ ਮੈਂ ਦਾਅਵੇ ਨਾਲ ਇਸ ਤਰ੍ਹਾਂ ਵੀ ਕਹਿ ਸਕਦੀ ਹਾਂ, ਕਿਉਂਕਿ ਜਦੋਂ ਟਿਕਟ ਅਨਾਊਂਸ ਹੋਣੀ ਸੀ, ਡਿਲੇ ਪਤਾ ਕਿਉਂ ਹੋਈ, 6 ਸਰਵੇ ਹੋਏ ਆ, ਕਰੀਬ 6 ਸਰਵੇ ਸਾਡੀ ਕਾਂਗਰਸ ਪਾਰਟੀ ਨੇ ਕਰਵਾਏ ਆ, ਔਰ 6 ਸਰਵੇ ਦੇ ਵਿੱਚ ਪਹਿਲੇ ਨੰਬਰ 'ਤੇ ਜਿਹੜਾ ਮੇਰਾ ਨਾਂ ਆ, ਮੇਰੇ ਜਲੰਧਰ ਵੈਸਟ ਦੇ ਸਮਰਥਕਾਂ ਨੇ ਮੈਨੂੰ ਰਿਕਮੈਂਡ ਕੀਤਾ, ਔਰ 6 ਦੇ ਵਿੱਚ ਹੀ ਮੇਰਾ ਨਾਂ ਜਿਹੜਾ ਪਹਿਲੇ ਨੰਬਰ 'ਤੇ ਆਇਆ, ਇਸ ਕਰਕੇ ਮੈਂ ਸਾਰੇ ਉਹਨਾਂ ਸਮਰਥਕਾਂ ਦੀ ਧੰਨਵਾਦ ਦੀ ਹਾਂ ਜਿਨ੍ਹਾਂ ਨੇ ਮੈਨੂੰ ਪਹਿਲੇ ਨੰਬਰ 'ਤੇ ਲਿਆਂਦਾ, ਔਰ ਮੈਂ ਕਾਂਗਰਸ ਪਾਰਟੀ ਹਾਈ ਕਮਾਨ ਦੀ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਇੱਕ ਵਰਕਰ ਨੂੰ ਟਿਕਟ ਦਿੱਤੀ, ਇੱਕ ਮਹਿਲਾ ਨੂੰ ਟਿਕਟ ਦਿੱਤੀ, ਇੱਕ ਜਲੰਧਰ ਦੀ ਧੀ ਨੂੰ, ਇੱਕ ਪੰਜਾਬ ਦੀ ਧੀ ਨੂੰ ਟਿਕਟ ਦਿੱਤੀ, ਔਰ ਮੇਰੇ ਜਿਹੜੇ ਸਮਰਥਕ ਆ ਉਹ ਭਗਵੰਤ ਮਾਨ ਨਾਲ ਆਪ ਮੱਥਾ ਲਾਉਣਗੇ, ਮੇਰੇ ਨਾਲ ਲੋਕਾਂ ਦੀ ਤਾਕਤ ਹੈ। ਜੀ, ਜੇ ਦੇਖਿਆ ਜਾਵੇ ਤਾਂ ਭਗਵੰਤ ਮਾਨ ਖੁਦ ਆਪਣੀ ਕੋਠੀ ਇੱਥੇ, ਆਪਣਾ ਸਾਰਾ ਸਰਕਾਰੀ ਤੰਤਰ ਜਿਵੇਂ ਕਿ ਤੁਸੀਂ ਦੱਸਿਆ, ਆਪਣੀ ਪਰਿਵਾਰ ਨੂੰ ਇੱਥੇ ਲੈ ਆਏ, ਕੀ ਲੱਗਦਾ ਹੈ ਕਿ ਕੋਈ ਡਰ ਹੈ, ਕੋਈ ਤੌਖਲ ਹੈ? ਦੇਖੋ ਜੀ, ਜਨਤਾ ਜਨਾਰਦਨ ਨਾਲੋਂ ਨਾ ਕੋਈ ਵੀ ਵੱਡਾ ਨਹੀਂ ਹੁੰਦਾ, ਇਹ ਵੋਟਰ ਨੇ, ਇਹ ਜਨਤਾ, ਇਹ ਹਜ਼ੂਮ ਹੈ ਪਬਲਿਕ ਦਾ,
ਜਿਹੜੀ ਸਰਕਾਰਾਂ ਬਣਾਉਂਦੀ ਹੈ, ਜੇ ਬਣਾਉਂਦੀ ਹੈ ਤਾਂ ਖਤਮ ਕਰਨ ਵੀ ਜਾਣਦੀ ਹੈ, ਲਾਉਣ ਵੀ ਜਾਣਦੀ ਹੈ ਜੀ। ਜਿਵੇਂ ਚੰਨੀ ਸਾਹਿਬ ਦੀ ਬੜੀ ਭਾਰੀ ਜਿੱਤ ਹੋਈ, ਜੋ ਪਹਿਲਾਂ ਲੋਕ ਇਹ ਕਹਿ ਰਹੇ ਸੀ ਕਿ ਸ਼ਾਇਦ ਬੀਜੇਪੀ, ਕਿਉਂਕਿ ਖੁਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਉਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ, ਤਾਂ ਉਦੋਂ ਹਵਾ ਤਾਂ ਇਹ ਬਣੀ ਹੋਈ ਸੀ। ਸ਼ਹਿਰੀ ਇਲਾਕਾ, ਜਿਵੇਂ ਕਿ ਆਪਾਂ ਸਾਰੇ ਜਾਣਦੇ ਕਿ ਸ਼ਹਿਰੀ ਇਲਾਕਾ ਜਿਹੜਾ ਉਹ ਬੀਜੇਪੀ ਵੱਲ ਝੁਕਾਅ ਰੱਖਦਾ, ਕੀ ਲੱਗਦਾ ਹੈ ਕਿ ਕਿਤੇ ਸ਼ੀਤਲ ਲੰਗੂਰਾਲ ਜਿਹੜੇ ਨੇ ਉਹ ਭਾਵੇਂ ਆਪ ਤੋਂ ਬੀਜੇਪੀ ਖੇਡਾਂ ਖੇਡਦੇ ਰਹੇ, ਪਰ ਫਿਰ ਵੀ ਮਜ਼ਬੂਤ ਚਿਹਰਾ ਨੇ, ਉਹਨਾਂ ਦੇ ਗੜ੍ਹ ਨੂੰ ਤੋੜਨਾ ਇੰਨਾ ਸੌਖਾ ਹੈ? ਦੇਖੋ ਜੀ, ਜੇ ਆਪਾਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਨੇ ਇਸ ਤੋਂ ਪਹਿਲਾਂ ਜਿਹੜਾ ਹੈ ਸੁਸ਼ੀਲ ਰਿੰਕ ਨੂੰ ਹਰਾਇਆ ਜੀ। ਗੱਲ ਮੈਡਮ ਜੀ ਇਸ ਤਰ੍ਹਾਂ, ਰੀਮਾ ਜੀ ਹਿੰਮਤ ਕਰੋ ਨਾ ਤੇ ਸਭ ਕੁਛ ਹੋ ਜਾਂਦਾ। ਮੇਰੇ ਨਾਲ ਜਨਤਾ ਦੀ ਪਾਵਰ ਹੈ, ਮੇਰੇ ਨਾਲ ਵੋਟਰਾਂ ਦੀ ਪਾਵਰ ਹੈ, ਜਲੰਧਰ ਵੈਸਟ ਦੀ ਜਿਹੜੀ ਅੱਧੀ ਆਬਾਦੀ ਹੈ ਉਹ ਮੇਰੇ ਨਾਲ ਖੜੀ ਹੈ, ਔਰ ਮੇਰੇ ਭਰਾ, ਮੇਰੇ ਬੱਚਿਆਂ ਵਰਗੇ ਪੁੱਤਰ ਜਿਹੜੇ 18 ਸਾਲ ਤੋਂ ਉੱਪਰ ਨੇ, ਔਰ ਮੇਰੇ ਪਿਓਵਾਂ ਦੀ ਉਮਰ ਦੇ ਮੇਰੇ ਜਿਹੜੇ ਹੈਗੇ ਆ ਬਜ਼ੁਰਗ ਬੈਠੇ, ਉਹ ਸਾਰੇ ਮੇਰੀ ਫੇਵਰ 'ਚ ਆ, ਸਾਰੇ ਵੋਟਰ ਮੇਰੀ ਫੇਵਰ 'ਚ ਭੁਗਤਣਗੇ। 100% ਤਾਂ ਕਦੇ ਨਹੀਂ ਭੁਗਤਦੇ ਹੁੰਦੇ, ਪਰ ਮੈਜੋਰਿਟੀ ਆਫ ਜਿਹੜੀ ਪੀਪਲ ਆ ਨਾ ਉਹ ਮੈਨੂੰ ਸਪੋਰਟ ਕਰਨਗੇ, ਕਿਉਂਕਿ ਉਹਨਾਂ ਨੂੰ ਸ਼ਰਾਫਤ ਚਾਹੀਦੀ ਆ, ਗੁੰਡਾਗਰਦੀ ਨਹੀਂ। ਇਹ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਗੁੰਡਾਗਰਦੀ ਨੂੰ ਲਿਆਉਣਾ ਕਾਮਯਾਬ ਕਰਨਾ, ਜਾਂ ਅਸੀਂ ਸ਼ਰਾਫਤ ਨੂੰ ਅੱਗੇ ਲਿਆਉਣਾ। ਔਰ ਜੇ ਇੱਕ ਬੜੀ ਲੰਬੇ ਅਰਸੇ ਤੋਂ ਵੇਟ ਕਰ ਰਹੇ ਸੀ ਕਿ ਕਦੋਂ ਕੋਈ ਪਾਰਟੀ ਟਿਕਟ ਦੇਵੇ ਇੱਕ ਮਹਿਲਾ ਨੂੰ, ਕਿਸੇ ਨੇ ਨਹੀਂ ਦਿੱਤੀ। ਇਹ ਕਾਂਗਰਸ ਪਾਰਟੀ ਆ ਜਿਹਨੇ ਚਰਨਜੀਤ ਸਿੰਘ ਚੰਨੀ ਵਰਗੇ ਇੱਕ ਦਲਿਤ ਨੇਤਾ ਨੂੰ ਪੰਜਾਬ ਦਾ CM ਬਣਾਇਆ, CM ਦੇ ਅਹੁਦੇ ਨਾਲ ਨਵਾਜਿਆ, ਔਰ ਇੱਕ ਜਲੰਧਰ ਦੀ ਬੇਟੀ ਸੁਰਿੰਦਰ ਕੌਰ ਨੂੰ, ਪੰਜਾਬ ਦੀ ਬੇਟੀ ਸੁਰਿੰਦਰ ਕੌਰ ਨੂੰ ਇੱਕ ਕਾਂਗਰਸ ਪਾਰਟੀ ਆ ਜਿਹਨੇ ਟਿਕਟ ਦੇ ਨਾਲ ਨਵਾਜਿਆ। ਦੁਆਬੇ ਦੇ ਵਿੱਚੋਂ ਪਹਿਲੀ ਵਾਰੀ ਬੜੇ ਲੰਬੇ ਅਰਸੇ ਬਾਅਦ, ਕਿਤੇ ਗੁਰਕਮਲ ਕੌਰ ਜੀ ਹੁੰਦੇ ਸੀ ਜਲੰਧਰ ਕੈਂਟ ਤੋਂ, ਉਸ ਤੋਂ ਬਾਅਦ ਕਿਸੇ ਔਰਤ ਨੂੰ ਟਿਕਟ ਨਾਲ ਨਹੀਂ ਨਵਾਜਿਆ ਸੀ ਅਸੈਂਬਲੀ ਦੇ ਵਿੱਚ। ਇਸ ਕਰਕੇ ਮੇਰੇ ਨਾਲ ਲੋਕ ਨੇ, ਮੇਰੇ ਨਾਲ ਵੋਟਰ ਨੇ, ਮੇਰੇ ਨਾਲ ਜਨਤਾ, ਮੈਂ ਜਲੰਧਰ ਦੀ ਧੀ ਹਾਂ ਅਤੇ ਜਲੰਧਰ ਵੈਸਟ ਦੇ ਲੋਕ ਮੈਨੂੰ ਸਪੋਰਟ ਕਰਨਗੇ ਅਤੇ ਇਹ ਸੀਟ ਜਿੱਤ ਕੇ ਅਸੀਂ ਕਾਂਗਰਸ ਦੀ ਝੋਲੀ 'ਚ ਪਾਵਾਂਗੇ ਜੀ। ਜ਼ਰੂਰ, ਉਹਦੇ ਲਈ ਬਹੁਤ ਸ਼ੁਭਕਾਮਨਾਵਾਂ। ਲੇਕਿਨ ਜਦੋਂ ਤੁਸੀਂ ਜਿੱਤ ਜਾਂਦੇ ਹੋ ਤਾਂ ਜਲੰਧਰ ਦੇ ਕਿਹੜੇ ਮਸਲੇ ਨੇ ਜਿਨ੍ਹਾਂ ਨੂੰ ਵਿਧਾਨ ਸਭਾ ਦੇ ਵਿੱਚ ਚੁੱਕਣਾ ਪਸੰਦ ਕਰੋਗੇ? ਕਿਉਂਕਿ ਜਲੰਧਰ ਦੇ ਵਿੱਚ ਹਾਲ ਹੀ ਵਿੱਚ ਆਪਾਂ ਸਭ ਨੇ ਦੇਖਿਆ ਕਿ ਵਿਰੋਧ ਵੀ ਹੋਇਆ, ਗੰਦੇ ਪਾਣੀ ਦੇ ਵਿਰੋਧ ਦੇ ਵਿੱਚ, ਜਿਹਦੇ 'ਚ ਚੰਨੀ ਸਾਹਿਬ ਆਪ ਬਣਾਉਣ ਗਏ ਸੀ, ਪਰ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੀਆਂ ਵਿਰੋਧੀ ਤਾਕਤਾਂ ਵੀ ਤੁਹਾਡੇ ਪਿੱਛੇ ਲੱਗੀਆਂ ਹੋਈਆਂ ਨੇ ਅਤੇ ਜਲੰਧਰ ਦੇ ਮਸਲੇ ਵੀ ਨੇ, ਸੋ ਇਹ ਕਿੱਦਾਂ ਦੇਖਦੇ? ਦੇਖੋ ਜਿਹੜੇ ਰੂਟੀਨ ਦੇ ਮਸਲੇ ਹੈਗੇ ਆ, 100% ਤਾਂ ਕਦੇ ਵੀ ਕੰਮ ਕੰਪਲੀਟ ਨਹੀਂ ਹੋਏ ਜੀ। ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਹੈ ਨਾ, ਕਾਰਪੋਰੇਸ਼ਨ ਸਾਡੀ ਟੈਨਿਓਰ ਖਤਮ ਹੋ ਗਈ, ਅੱਗੇ ਉਹ ਇਲੈਕਸ਼ਨ ਨਹੀਂ ਕਰਵਾ ਰਹੀ ਸਰਕਾਰ ਜੀ, ਵਾਰਡਾਂ ਦੇ ਵਿੱਚ ਕੋਈ ਬਾਲੀ ਵਾਰਸ ਹੈ ਨਹੀਂ, ਵਾਰਡ ਸੁਣਨੇ ਪਏ ਆ, ਲੀਡਰਲੈਸ ਨੇ ਸਾਰੇ ਵਾਰਡ। ਅੱਗੇ ਹਰ ਇੱਕ ਵਾਰਡ ਦਾ ਨੁਮਾਇੰਦਾ ਆਪਣੇ ਏਰੀਏ ਦੇ ਜਾ ਕੇ ਕੰਮ ਕਰਵਾਉਂਦਾ ਸੀ, ਹੁਣ ਇਹਨਾਂ ਦਾ ਜਦੋਂ ਕਮਿਸ਼ਨਰ ਆਉਂਦਾ ਆ ਇਹ ਇੱਕ ਹਫ਼ਤਾ ਉਹਨੂੰ ਟਿਕਟ ਨਹੀਂ ਦਿੰਦੇ। ਮੈਨੂੰ ਨਹੀਂ ਪਤਾ ਉਹਦੀ ਕੀ ਵਜ੍ਹਾ ਹੈ, ਉਹਨੂੰ ਜਦੋਂ ਤੱਕ ਕੰਮ ਦੀ ਸਮਝ ਲੱਗਣੀ ਆ ਉਦੋਂ ਤੱਕ ਉਹਦੀ ਬਦਲੀ ਹੋ ਜਾਂਦੀ ਹੈ, ਜਿਹੜਾ ਦੂਸਰਾ ਆਉਂਦਾ ਉਹਨੂੰ ਫਿਰ ਹੋਮਵਰਕ ਕਰਨਾ ਪੈਂਦਾ। ਇਸ ਕਰਕੇ ਜਲੰਧਰ ਸ਼ਹਿਰ ਦੀ ਜਿਹੜੀ ਗੁੱਥੀ ਹੈ ਇਹਨਾਂ ਦੇ ਕੋਲੋਂ ਸੁਲਝ ਹੀ ਨਹੀਂ ਰਹੀ, ਨਾ ਕੋਈ ਇੱਥੇ ਲੀਡਰ ਹੈ, ਔਰ ਜਿਹੜੀ ਸਰਕਾਰ ਹੈ ਨਾ ਇਹ ਨਾਮ ਮਾਤਰ ਸਰਕਾਰ ਹੈ। ਮੇਰਾ ਖਿਆਲ ਤਾਂ ਇਹਨਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਆ। ਉਹ ਪਤਾ ਨਹੀਂ ਕਿਹੜੀ ਕਾਲੀ ਹਨੇਰੀ ਸੀ ਜਿਹਦੇ ਵਿੱਚ ਇਹ 92 ਚੁਣੇ ਗਏ, ਠੀਕ ਹੈ ਨਾ, ਪਰ ਉਹ 92 ਦਾ ਕਿਤੇ ਅਸਰ ਦਿਖਦਾ ਹੀ ਨਹੀਂ ਪਿਆ। ਅਤੇ ਹੁਣ ਤੁਸੀਂ ਆ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਉਹਦੇ 'ਚ ਦੇਖ ਲਿਆ ਕਿ ਕਿੰਨੀ ਵੋਟ ਪਈ, ਮੇਰੇ ਖਿਆਲ 15,000 ਕਰੀਬ ਦੇ ਵੋਟ ਪਈ ਹੈ ਨਾ ਜੀ। ਹਾਂ, ਅਤੇ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਆ। ਇਹ ਐਵੇਂ ਹੁਣ ਹੱਥ ਕੰਡੇ ਅਪਣਾਈ ਜਾਂਦੇ ਆ, ਕਿਉਂਕਿ ਸਰਕਾਰ ਆ, ਤਾਕਤ ਆ, ਪਾਵਰ ਆ, ਹਰ ਤਰ੍ਹਾਂ ਇਹ ਹੱਥ ਕੰਡੇ ਅਪਣਾ ਕੇ ਕੋਸ਼ਿਸ਼ ਕਰਨਗੇ
ਕਿ ਕਾਂਗਰਸ ਨੂੰ ਅਸੀਂ ਦਰਕਿਨਾਰ ਕਰੀਏ, ਪਰ ਲੋਕ ਕਾਂਗਰਸ ਦੇ ਨਾਲ ਖੜੇ ਆ, ਵੋਟਰ ਕਾਂਗਰਸ ਦੇ ਨਾਲ ਖੜੇ, ਇਸ ਕਰਕੇ ਜਿੱਤਾਂਗੇ ਅਤੇ ਇਹ ਸੀਟ ਕਾਂਗਰਸ ਦੀ ਝੋਲੀ ਪਾਵਾਂਗੇ। ਅਤੇ ਜਲੰਧਰ ਦੇ ਕਿਹੜੇ ਮਸਲੇ ਨੇ ਜਿਹਨਾਂ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਇਹਨਾਂ ਨੂੰ? ਰੂਟੀਨ ਦੇ ਮਸਲੇ ਜਿਵੇਂ ਕਾਰਪੋਰੇਸ਼ਨ ਦੀ ਮੈਂ ਗੱਲ ਕਰਦੀ ਸੀ ਕਿ ਕਾਰਪੋਰੇਸ਼ਨ ਨੂੰ ਤਾਂ ਜਦੋਂ ਦੀ ਇਹ ਸਰਕਾਰ ਆਈ ਨਾ, ਇੱਕ ਤਰ੍ਹਾਂ ਤਾਲਾ ਮਾਰ ਦੇਣਾ ਚਾਹੀਦਾ, ਕੋਈ ਹੈ ਹੀ ਨਹੀਂ ਉੱਥੇ ਦੇਖਣ ਵਾਲਾ, ਕੋਈ ਬਾਲੀ ਵਾਰਸੀ ਹੈ ਨਹੀਂ ਅਤੇ ਇਹਨਾਂ ਦਾ ਕੋਈ ਧਿਆਨ ਨਹੀਂ। ਇਹ ਦੇਖੋ ਜੀ, ਸਾਰਾ ਪੈਸਾ ਜਿਹੜਾ ਦਿੱਲੀ ਨੂੰ ਲਈ ਜਾਂਦੇ ਆ, ਇੱਥੇ ਜਿਹੜੇ ਮਸਲੇ ਖੜੇ ਜਿਵੇਂ ਕੂੜੇ ਦਾ ਮਸਲਾ ਹੈਗਾ, ਗੰਦਾ ਪਾਣੀ ਆਉਂਦਾ, ਸੀਵਰੇਜ ਦੀ ਸਮੱਸਿਆ, ਸੀਵਰੇਜ ਓਵਰਫਲੋ ਹੋਏ ਪਏ ਆ, ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਉਹ ਗੰਦੇ ਪਾਣੀ ਦੀ ਸਮੱਸਿਆ ਬਣਦੀ ਆ, ਕੂੜੇ ਦੇ ਢੇਰ ਜਗ੍ਹਾ ਜਗ੍ਹਾ ਪਏ ਆ, ਫਿਰ ਉਹ ਜਿਹੜਾ ਆਪਣੇ ਖਾਦ ਬਣਾਉਣ ਵਾਲਾ। ਮਾਫੀ ਚਾਹੁੰਦੀ ਹਾਂ, ਤੁਹਾਨੂੰ ਟੋਕ ਰਹੀ ਹਾਂ, ਕੂੜੇ ਦੀ ਗੱਲ ਕਰਦੇ ਹੋ, ਪ੍ਰਗਟ ਸਿੰਘ ਜੀ ਵਿਧਾਇਕ ਬਣੇ, ਪਰ ਅੱਜ ਤੱਕ ਕੂੜੇ ਦਾ ਪਹਾੜ ਉੱਥੇ ਦਾ ਉੱਥੇ ਹੀ ਹੈ, ਕੋਈ ਉੱਥੇ ਅੱਜ ਤੱਕ ਵਰਿਆਣੇ ਦਾ ਕੋਈ ਵਾਲੀ ਵਾਰ। ਹੁਣ ਦੇਖੋ ਜੀ, ਸਰਕਾਰ ਕਿਹਦੀ ਹੈ, ਹੁਣ ਸੱਤਾ ਕੌਣ ਭੋਗ ਰਿਹਾ? ਮੈਂ ਮੰਨਦੀ ਹਾਂ ਪ੍ਰਗਟ ਸਿੰਘ ਜੀ ਦੀ ਗੱਲ ਕਿ ਉਹਨਾਂ ਨੇ ਉਸ ਵੇਲੇ ਵਿਰੋਧ ਵੀ ਕੀਤਾ ਸੀ, ਉਹਦਾ ਕੋਈ ਰੀਜ਼ਨ ਸੀਗਾ, ਪਰ ਇਹ ਹੁਣ ਜਦੋਂ ਕਹਿੰਦੇ ਸੀ ਵੀ ਅਸੀਂ ਇਹ ਕਰ ਦੇਵਾਂਗੇ, ਜੇ ਕਰ ਦੇਵਾਂਗੇ, ਵੋ ਕਰ ਦੇਵਾਂਗੇ, ਕੁਛ ਨਹੀਂ ਹੋਇਆ, ਝੂਠੇ ਵਾਅਦੇ ਕਰਕੇ। ਤੁਸੀਂ ਦੇਖੋ, ਬੀਬੀਆਂ ਨੂੰ ਇਹਨਾਂ ਨੇ ਝੂਠੇ ਵਾਅਦਾ ਕੀਤਾ, ਹਜ਼ਾਰ ਹਜ਼ਾਰ ਰੁਪਇਆ ਦੇਵਾਂਗੇ, ਹੁਣ ਤਾਂ 1100 ਵੀ ਕਹਿੰਦੇ ਸੀ। ਹਾਂ, ਅਤੇ 1100 ਵੀ ਝੂਠ ਬੋਲ ਕੇ ਭਾਵੇਂ 1,01,000 ਕਹਿ ਦੇਣ, ਕਰਨਾ ਤਾਂ ਨਹੀਂ ਕੁਛ ਵੀ। ਔਰ ਇਹ ਝੂਠ ਦਾ ਪਲੰਦਾ ਹੈ ਜਿਹੜੀ ਸਰਕਾਰ, ਇਹਨਾਂ ਨੇ ਝੂਠੇ ਵਾਅਦੇ ਕਰਨੇ ਆ, ਪਰ ਲੋਕ ਜਿਹੜੇ ਨਾ ਬਹੁਤ ਸਿਆਣੇ ਆ, ਪਬਲਿਕ ਬਹੁਤ ਅਵੇਅਰਡ ਹੋ ਚੁੱਕੀ ਆ, ਉਹ ਇਹਨਾਂ ਦੇ ਝੂਠੇ ਲਾਰਿਆਂ ਦੇ ਮਗਰ, ਝੂਠੇ ਵਾਅਦਿਆਂ ਦੇ ਮਗਰ ਨਹੀਂ ਲੱਗੂਗੀ, ਉਹ ਕਾਂਗਰਸ ਨੂੰ ਭਰਪੂਰ ਸਮਰਥਨ ਦੇਵੇਗੀ। ਕੀ ਲੱਗਦਾ ਕਿ ਤੁਸੀਂ ਅੱਜ ਤੱਕ ਵਾਰਡ ਲਈ ਕੰਮ ਕੀਤਾ, 35 ਵਾਰਡ ਤੋਂ ਨਿਕਲ ਕੇ ਡਿਪਟੀ ਮੇਅਰ ਤੱਕ ਆ ਗਏ, ਅੱਜ ਤੱਕ ਜਿੱਤੇ ਹੋ, ਪਰ ਕੀ ਵਿਧਾਨ ਸਭਾ ਦੀ ਸੀਟ ਤੱਕ ਪਹੁੰਚਣਾ, ਵਿਧਾਨ ਸਭਾ ਦੇ ਦਰਵਾਜ਼ੇ ਤੱਕ ਪਹੁੰਚਣਾ ਸੌਖਾ ਆ? ਬਿਲਕੁਲ ਸੌਖਾ। ਦੇਖੋ ਜੀ, ਅਸੀਂ ਆਪਣੇ ਕੀਤੇ ਹੋਏ ਕੰਮਾਂ ਦੇ ਕਰਕੇ ਫੀਲਡ ਵਿੱਚ ਆਏ ਹਾਂ, ਬਾਕੀ ਦੇਖੋ ਜਿਹੜੇ ਵੋਟਰ ਆ, ਉਹਨਾਂ ਨੇ ਮੈਨੂੰ ਲੱਗਦਾ ਕਿ ਉਹ ਮੈਨੂੰ ਭਰਪੂਰ ਸਮਰਥਨ ਦੇ ਕੇ ਜਿਤਾਉਣਗੇ। ਮੈਂ ਕਿ ਮੇਰੀ ਪੋਜ਼ੀਟਿਵ ਥਿੰਕਿੰਗ ਆ ਆਪਣੇ ਕੰਮਾਂ ਦੇ ਵਿਹਾਰ 'ਤੇ, ਜੋ ਮੇਰੀ ਥਿੰਕਿੰਗ ਹੈਗੀ ਆ, ਬਾਕੀ ਜਿਹੜੇ ਵੋਟਰ ਆ, ਲੋਕ ਜ਼ਿਆਦਾ ਸਿਆਣੇ, ਉਹਨਾਂ ਨੇ ਆਪੇ ਫੈਸਲਾ ਕਰ ਲੈਣਾ ਕਿ ਸ਼ਰਾਫਤ ਨੂੰ ਅੱਗੇ ਲਿਆਉਣਾ ਜਾਂ ਗੁੰਡਾਗਰਦੀ ਅੱਗੇ ਲਿਆਉਣੀ। ਜੀ, ਕਿਆ ਗੱਲਾਂ 'ਤੇ ਵੀ ਸੀ, ਕੰਸੂਆਂ 'ਤੇ ਵੀ ਸੀ ਕਿ ਚੰਨੀ ਸਾਹਿਬ ਜਿਹੜੇ ਨੇ ਉਹ ਇਸ ਗੱਲ ਲਈ ਚਾਹੁੰਦੇ ਨੇ ਅੰਦਰ ਖਾਤੇ ਵੀ ਜਲੰਧਰ ਦੀ ਸੀਟ ਜਿਹੜੀ ਉਹਨਾਂ ਦੇ ਪਤਨੀ ਨੂੰ ਮਿਲੇ ਜਾਂ ਉਹਨਾਂ ਦੇ ਪਰਿਵਾਰ 'ਚ? ਨਹੀਂ, ਉਹਨਾਂ ਨੇ ਜਦੋਂ ਪਹਿਲੀ ਮੀਟਿੰਗ ਕੀਤੀ ਸੀ ਨਾ ਜਲੰਧਰ ਵੈਸਟ ਨੂੰ ਲੈ ਕੇ, ਉਹਨਾਂ ਨੇ ਉਦੋਂ ਹੀ ਕਲੀਅਰ ਕਰ ਦਿੱਤਾ ਸੀ ਕਿ ਨਾ ਮੇਰਾ ਕੋਈ ਪਰਸਨਲ ਇੰਟਰਸਟ ਹੈ, ਨਾ ਮੇਰੀ ਫੈਮਿਲੀ ਦਾ, ਈਵਨ ਕੋਈ ਜਲੰਧਰ ਵੈਸਟ ਤੋਂ ਬਾਹਰਲਾ ਵੀ ਜੇ ਕੋਈ ਕੈਂਡੀਡੇਟ ਬਣਨਾ ਚਾਹੁੰਦਾ ਤਾਂ ਅਸੀਂ ਨਹੀਂ ਇਸ ਗੱਲ ਨਾਲ ਸਹਿਮਤ, ਅਸੀਂ ਜਲੰਧਰ ਵੈਸਟ ਦਾ ਹੀ ਜਿਹੜਾ ਹੋਊਗਾ ਕੈਂਡੀਡੇਟ ਉਹਨੂੰ ਬਣਾਵਾਂਗੇ। ਜੀ, ਸਿਆਸਤ ਦੇ ਇੰਨੇ ਲੰਬੇ ਸਫ਼ਰ ਦੇ ਵਿੱਚ ਅੱਜ ਤੱਕ ਕੀ ਵੇਖਿਆ ਸਿਆਸਤ ਦੇ ਵਿੱਚ, ਕਿਉਂਕਿ ਜੇ ਅਸੀਂ ਵੈਸਟ ਦੀ ਹੀ ਗੱਲ ਕਰੀਏ ਜਾਂ ਅਦਰਵਾਈਜ਼ ਵੀ, ਤਾਂ ਗੁੰਡਾਗਰਦੀ ਪ੍ਰਧਾਨ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਸਿਆਸਤ ਆ ਨਾ, ਸਿਆਸਤ ਬਾਰੇ ਤੁਸੀਂ ਬੈਟਰ ਜਾਣਦੇ ਆ ਮੇਰੇ ਨਾਲ, ਸਿਆਸਤ ਤਾਂ ਸਿਆਸਤ ਹੈ, ਇੱਥੇ ਲੋਕ ਕਹਿੰਦੇ ਕੁਛ ਆ, ਕਰਦੇ ਕੁਛ ਆ, ਪਰ ਸਿਆਸਤ ਇੰਨੀ ਗੰਦੀ ਨਹੀਂ ਸੀ ਅੱਜ ਕੱਲ੍ਹ ਜਿੰਨੀ ਗੰਦੀ ਇਹਨਾਂ ਲੋਕਾਂ ਨੇ ਕਰ ਦਿੱਤੀ ਆ। ਜੇ ਸਿਆਸਤ ਦੇ ਵਿੱਚ ਚੰਗੇ ਬੰਦੇ ਹੋਣ ਨਾ ਤਾਂ ਸਾਰਾ ਕੁਛ ਵਧੀਆ ਹੋ ਜਾਂਦਾ। ਜੀ ਜੀ, ਹਾਂਜੀ, ਸੁਰਿੰਦਰ ਕੌਰ ਜੀ, ਤੁਹਾਡਾ ਸਮਾਂ ਹੁਣ ਬਹੁਤ ਕੀਮਤੀ ਹੈ, ਸਮਾਂ ਬਹੁਤ ਘੱਟ ਹੈ, ਇੰਨੇ ਘੱਟ ਸਮੇਂ ਦੇ ਵਿੱਚ ਕੀ ਪੂਰਾ ਵੈਸਟ ਹਲਕਾ ਇਹ ਆਪਣੇ ਹੱਕ ਦੇ ਵਿੱਚ ਕਰ ਲਓਗੇ? ਬਿਲਕੁਲ ਕਰਾਂਗੇ, ਸਮਾਂ ਘੱਟ ਹੈ, ਮਿਹਨਤ ਡਬਲ ਟ੍ਰਿਪਲ ਕਰਾਂਗੇ। ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰੇਡੀਓ ਸਪਾਈਸ ਦੇ ਹੋਰ ਵੀ ਤੁਹਾਡੇ ਲਈ ਅਪਡੇਟ ਲੈ ਕੇ ਆਉਂਦੇ ਰਹਾਂਗੇ। ਸ਼ੁਕਰੀਆ ਜੀ, ਧੰਨਵਾਦ ਜੀ।